ਇੱਥੇ 30-30 40-40 ਸਾਲ ਪੁਰਾਣੇ ਮੋਟੇ ਦਰਖਤ ਸਫੇਦੇ ਉਹ ਬਿਲਕੁਲ ਵੱਡ ਦਿੱਤੇ ਆ ਹਰੇ ਭਰੇ ਪੇੜ ਅੱਜ ਜਿੱਥੇ ਤੁਸੀਂ ਪੰਜਾਬ ਦੇਸ਼ ਪੂਰਾ ਵਰਲਡ ਆਕਸੀਜਨ ਦੇ ਨਾਲ ਲੜ ਰਿਹਾ ਹੈ ਹਸਪੀਟਲ ਦੇ ਅੰਦਰ ਪੇੜ ਵੱਡੇ ਜਾ ਰਹੇ ਆ अज लोकां च महामारी दे टाइम च हफड़ा थपड़ी पई हुई है कि सानू ऑक्सीजन मिल जाए ऑक्सीजन सिलेंडर ब्लैक हो रही है पर साडे ही सरकारी बंदे साडा ही सरकारी डिपार्टमेंट साडी नैचुरल ऑक्सीजन नू वड्ढण ते लग्या होया ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਤੁਸੀਂ ਸਰਕਾਰੀ ਹਸਪਤਾਲਾਂ 'ਚ ਕੋਈ ਇੰਤਜ਼ਾਮ ਤਾਂ ਨਹੀਂ ਕੀਤੇ ਹੋਏ ਪਰ ਜਿਹੜੇ ਉੱਥੇ ਨੈਚੁਰਲ ਰਿਸੋਰਸਿਸ ਆ ਨੈਚੁਰਲ ਆਕਸੀਜਨ ਦੇ ਸਾਧਨ ਹੈ ਉਹਨਾਂ ਨੂੰ ਨਾ ਵੱਢਿਆ ਜਾਵੇ ਖਰੜ ਹਸਪੀਟਲ 'ਚ ਆਇਆ ਮੈਨੂੰ ਕੋਈ ਵੈਂਟੀਲੇਟਰ ਦਿਖਾ ਦਿਉ ਉਰੇ ਕੋਈ ਕਰੋਨਾ ਨਾਲ ਲੜਨ ਵਾਲੀ ਕੋਈ ਇਹਨਾਂ ਨੇ ਇੰਤਜ਼ਾਮ ਕੀਤੇ ਆ ਉਹ ਦਿਖਾ ਦਿਉ ਅੱਜ ਹੀ SDM ਸਾਹਿਬ ਨੂੰ SSP ਸਾਹਿਬ ਨੂੰ DSP ਸਾਹਿਬ ਨੂੰ ਇਹਦੀ ਸ਼ਿਕਾਇਤ ਦੇ ਕੇ ਜਾਵਾਂਗੇ ਅਸੀਂ ਇਹਨਾਂ ਦੇ ਅੱਗੇ ਧਰਨਾ ਦੇਵਾਂਗੇ ਅਸੀਂ ਇਹ ਪੇੜ ਬਿਲਕੁਲ ਨਹੀਂ ਵੱਢਣ ਦੇਣੇ ਸਤਿਕਾਲ ਜੀ ਤੁਸੀਂ ਦੇਖ ਰਹੇ ਹੋ HN1 ਨਿਊਜ਼ ਚੈਨਲ ਇੱਕ ਪਾਸੇ ਕਰੋਨਾ ਮਹਾਮਾਰੀ ਪੂਰੇ ਸਿਖਰਾਂ ਤੇ ਹੈ ਲਗਾਤਾਰ ਜੇ ਗੱਲ ਕਰੀਏ ਪੋਜ਼ਿਟਿਵ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਤਾਂ ਦੂਜੇ ਪਾਸੇ ਜੇ ਗੱਲ ਕਰੀਏ ਮੌਤਾਂ ਦਾ ਅੰਕੜਾ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਂ ਇਸ ਨੂੰ ਲੈ ਕੇ ਪਿਛਲੇ ਦਿਨਾਂ ਵਿੱਚ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਨੇ ਹਸਪਤਾਲਾਂ ਦੇ ਵਿੱਚ ਜੇ ਗੱਲ ਕਰੀਏ ਆਕਸੀਜਨ ਸਿਲੰਡਰ ਜਿਹੜੇ ਮਿਲਣੇ ਮੁਸ਼ਕਲ ਹੋ ਚੁੱਕੇ ਸੀ ਤੇ ਲੋਕਾਂ ਦੇ ਵਿੱਚ ਹਾਹਾਕਾਰ ਮਚ ਗਈ ਸੀ ਕਿ ਸਾਨੂੰ ਜਿਹੜੇ ਸਿਲੰਡਰ ਨੇ ਆਕਸੀਜਨ ਸਿਲੰਡਰ ਵੀ ਮਹਿੰਗੇ ਰੇਟਾਂ ਤੇ ਬਲੈਕ 'ਚ ਮਿਲ ਰਹੇ ਨੇ ਤੇ ਦੂਜੇ ਪਾਸੇ ਕਈ ਸੰਸਥਾਵਾਂ ਨੇ ਆਕਸੀਜਨ ਸਿਲੰਡਰਾਂ ਦੇ ਲੰਗਰ ਵੀ ਲਗਾਏ ਸੀ ਤਾਂ ਇੱਕ ਅਜੀਬੋ ਗਰੀਬ ਘਟਨਾ ਸਾਹਮਣੇ ਆਈ ਹੈ ਖਰੜ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਿਹਾ ਜਿੱਥੇ ਕਿ ਸਿਵਲ ਹਸਪੀਟਲ ਖਰੜ ਦੇ ਵਿੱਚ ਜਿਹੜੇ ਕਾਫੀ ਲੰਬੇ ਸਮੇਂ ਤੋਂ ਪੁਰਾਣੇ ਦਰਖਤ ਸੀ ਉਹਨਾਂ ਨੂੰ ਕੱਟਣ ਦਾ ਮਾਮਲਾ ਸਾਹਮਣੇ ਆਇਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਭਾਰੀ ਮਾਤਰਾ ਦੇ ਵਿੱਚ ਜਿਹੜਾ ਹਸਪਤਾਲ ਦੇ ਅੰਦਰ ਪੇੜ ਨੇ ਉਹ ਸਾਰੇ ਕੱਟ ਦਿੱਤੇ ਨੇ ਤਾਂ ਇਸ ਨੂੰ ਲੈ ਕੇ ਮੌਕੇ ਤੇ ਪਹੁੰਚੇ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਜਿਨ੍ਹਾਂ ਨੇ ਜਾਇਜ਼ਾ ਲਿਆ ਤਾਂ ਇਹ ਆਵਾਜ਼ ਚੁੱਕਣ ਵਾਸਤੇ ਆਏ ਨੇ ਗੋਲਡੀ ਸਾਹਿਬ ਇੱਕ ਪਾਸੇ ਸਿਲੰਡਰ ਨੇ ਜਿਹੜੇ ਆਕਸੀਜਨ ਸਿਲੰਡਰ ਦੀ ਕਮੀ ਆਈ ਪਈ ਹੈ ਦੂਜੇ ਪਾਸੇ ਇਹ ਕੁਦਰਤੀ ਜਿਹੜੇ ਸਿਲੰਡਰ ਸੀ ਕਿਆ ਲੱਗਦਾ ਕਿ ਇਹ ਅਣਗਹਿਲੀ ਕਿਉਂ ਵਰਤੀ ਜਾ ਰਹੀ ਹੈ ਕਿਸ ਵੱਲੋਂ ਵਰਤੀ ਜਾ ਰਹੀ ਹੈ ਤੁਸੀਂ ਇੱਥੇ ਪਹੁੰਚੇ ਹੋ ਕੋਈ ਕੀਤੀ ਇਨਕੁਆਇਰੀ ਆ ਕੇ ਇੱਥੇ ਬਿਲਕੁਲ ਤੁਹਾਡੇ ਸਾਹਮਣੇ ਅਸੀਂ ਅੱਜ ਖਰੜ ਦੇ ਸਿਵਲ ਹਸਪਤਾਲ 'ਚ ਖੜ੍ਹੇ ਹਾਂ ਅਤੇ ਸਾਡੇ ਹੀ ਕੁਝ ਸਾਥੀਆਂ ਨੇ ਸਾਨੂੰ ਇਨਫੋਰਮ ਕੀਤਾ ਕਿ ਇੱਥੇ ਪੇੜ ਵੱਢੇ ਜਾ ਰਹੇ ਹਨ ਅਤੇ ਜਦੋਂ ਅੱਜ ਅਸੀਂ ਆ ਕੇ ਹੁਣ ਮੌਕਾ ਦੇਖਿਆ ਅਤੇ ਦੇਖਿਆ ਕਿ ਇੱਥੇ 30-30 40-40 ਸਾਲ ਪੁਰਾਣੇ ਮੋਟੇ ਦਰਖਤ ਸਫੇਦੇ ਉਹ ਬਿਲਕੁਲ ਵੱਢ ਦਿੱਤੇ ਆ ਹਰੇ ਭਰੇ ਪੇੜ ਅੱਜ ਜਿੱਥੇ ਤੁਸੀਂ ਪੰਜਾਬ ਦੇਸ਼ ਪੂਰਾ ਵਰਲਡ ਆਕਸੀਜਨ ਦੇ ਨਾਲ ਲੜ ਰਿਹਾ ਹੈ ਉੱਥੇ ਸਾਡੇ ਖਰੜ ਦਾ ਸਾਡੇ ਖਰੜ ਹਲਕੇ ਦਾ ਸਰਕਾਰੀ ਹਸਪੀਟਲ ਸਾਡਾ ਮੇਨ ਹਸਪੀਟਲ ਹੈ ਇਸ ਹਸਪੀਟਲ ਦੇ ਅੰਦਰ ਪੇੜ ਵੱਢੇ ਜਾ ਰਹੇ ਆ ਅੱਜ ਲੋਕਾਂ 'ਚ ਮਹਾਮਾਰੀ ਦੇ ਟਾਈਮ 'ਚ ਹਫੜਾ ਥਪੜੀ ਪਈ ਹੋਈ ਹੈ ਕਿ ਸਾਨੂੰ ਆਕਸੀਜਨ ਮਿਲ ਜਾਏ ਆਕਸੀਜਨ ਸਿਲੰਡਰ ਬਲੈਕ ਹੋ ਰਹੀ ਹੈ ਪਰ ਸਾਡੇ ਹੀ ਸਰਕਾਰੀ ਬੰਦੇ ਸਾਡਾ ਹੀ ਸਰਕਾਰੀ ਡਿਪਾਰਟਮੈਂਟ ਸਾਡੀ ਨੈਚੁਰਲ ਆਕਸੀਜਨ ਨੂੰ ਵੱਢਣ 'ਤੇ ਲੱਗਿਆ ਹੋਇਆ ਅਤੇ ਬੜੀ ਸ਼ਰਮ ਦੀ ਗੱਲ ਹੈ ਇਹ ਅਤੇ ਪਹਿਲਾਂ ਵੀ ਪੰਜਾਬ 'ਚ ਮੁੱਦਾ ਉੱਠਿਆ 15 ਮਈ ਨੂੰ ਫਰੀਦਕੋਟ ਏਰੀਏ ਦੇ ਵਿੱਚ ਉੱਥੇ ਵੀ ਸ਼ੂਗਰ ਮਿਲ ਦੇ ਅੰਦਰ ਲੱਖਾਂ ਹੀ ਪੇੜ ਵੱਢਿਆ ਗਿਆ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਤੁਸੀਂ ਸਰਕਾਰੀ ਹਸਪਤਾਲਾਂ 'ਚ ਕੋਈ ਇੰਤਜ਼ਾਮ ਤਾਂ ਨਹੀਂ ਕੀਤੇ ਹੋਏ ਪਰ ਜਿਹੜੇ ਉੱਥੇ ਨੈਚੁਰਲ ਰਿਸੋਰਸਿਸ ਆ ਨੈਚੁਰਲ ਆਕਸੀਜਨ ਦੇ ਸਾਧਨ ਹੈ ਉਹਨਾਂ ਨੂੰ ਨਾ ਵੱਢਿਆ ਜਾਵੇ ਜਿੰਨੇ ਤੁਸੀਂ ਵੱਢਦੇ ਵੱਢਦੇ ਹੋਰ ਅਸੀਂ ਇਹਨਾਂ ਨੂੰ ਵੱਢਣ ਨਹੀਂ ਦੇਵਾਂਗੇ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਕਿਸੇ ਮੰਤਰੀ ਦਾ ਜਾਂ ਕਿਸੇ ਆਗੂ ਦਾ ਇਸ ਵੱਲ ਕੋਈ ਧਿਆਨ ਹੋਵੇ ਬਿਲਕੁਲ ਰਾਜਨੀਤਿਕ ਲੋਕ ਹੈ ਜਿਹੜੇ ਉਹ ਆਪਣੀ ਕੁਰਸੀਆਂ ਪਿੱਛੇ ਪਏ ਹੋਏ ਆ ਤੇ ਬੜੀ ਸ਼ਰਮ ਦੀ ਗੱਲ ਹੈ ਸਾਡੇ ਜ਼ਿਲ੍ਹੇ ਦਾ ਸਾਡੇ ਹੈਲਥ ਮਿਨਿਸਟਰ ਹੈ ਬਲਵੀਰ ਸਿੰਘ ਸਿੱਧੂ ਜੀ ਉਹਨਾਂ ਦਾ ਇਹ ਜ਼ਿਲ੍ਹੇ 'ਚ ਇਹ ਹਸਪੀਟਲ ਆਉਂਦਾ ਹੈ ਉਹਨਾਂ ਦਾ ਹਲਕਾ ਮੋਹਾਲੀ ਹੈ ਇਹ ਖਰੜ ਹੈ ਨਾਲ ਲੱਗਦਾ ਹਸਪੀਟਲ ਹੈ ਅਤੇ ਉਹਨਾਂ ਨੇ ਕਿਵੇਂ ਪਰਮਿਸ਼ਨ ਦੇ ਦਿੱਤੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਹਨੇ ਇਹਨਾਂ ਨੂੰ ਵੱਢਣ ਦੀ ਪਰਮਿਸ਼ਨ ਦੇ ਦਿੱਤੀ ਇਸ ਮਹਾਮਾਰੀ ਦੇ ਵਿੱਚ ਕਿਆ ਇਹ ਆਮ ਲੋਕਾਂ ਨਾਲ ਤੁਸੀਂ ਇੱਕ ਖਿਲਵਾੜ ਕਰ ਰਹੇ ਹੋ ਉੱਪਰੋਂ ਉੱਪਰੋਂ ਦਿਖਾ ਰਹੇ ਹੋ ਕਿ ਅਸੀਂ ਬੜੇ
बड़े ही हिमायती है लोगों के, असी करोना महामारी च लोगों का साथ दे रहे हैं। मैं खरड़ हॉस्पिटल च आया, मैं कोई वेंटीलेटर दिखा दो, उरे कोई करोना नाल लड़न वाली कोई इन्हों ने इंतजाम किए हैं वह दिखा दो, पर इतने देखने को मिल रहा इतने पेड़ बढ़े जा रहे हैं। जो हरे भरे पेड़ है, एक होंगे पुराने सुके पेड़ है, तुम बढ़ते कोई गल नहीं है, बिल्कुल हरे भरे पेड़ है, ये नैचुरल रिसोर्स है साड़ी ऑक्सीजन का साधन का। अज लोग ऑक्सीजन करके मर रहे हैं, असी ये पेड़ नहीं बढ़न देवे। एक पासे जो गल करिए मुहिम तोरी जाती है कि हर इंसान पांच जिहड़े पौधे ने अपनी जिंदगी लगावे पेड़ लगावे, पर दूजे पासे क्या लगता कि सरकारी महकमे ज किसी मंत्री ज किसी हस्पताल कि जरूरी हो गया कि पेड़ों भी कटना पै गया? बिल्कुल, अज तुसी अपने खरड़ हल्के की गल कर लिए, मैं कराली तो है, कराली का रहने वाला है। जब असी 10-15 साल पहला कराली तो चंडीगढ़ जाते, चाहे असी मुलांपुर ब्लाक होकर जाते, चाहे कराली तो खरड़ होकर चंडीगढ़ जाते, सारा हरिया भरिया सीगा शहर, तो सड़क के नाल लखा ही दरख्त लग्या होया सी। पर जदों तो रोड बने हैं ना, तो साड़ी गौरमेंटा ने पहला तो रोड ही बहुत लेट बनाए, चलो रोड बनाते हैं पर एक भी दरख्त मैनू दिखा देन साढ़े खरड़ हल्के च दिखा देन, पंजाब च रोडों का जाल बिछया है, पंजाब च दिखा देन कित्थे उन्होंने नाल हरे दरख्त लाए हैं, नवे पेड़ पौधे कित्थे लगाए हैं, कितने नहीं लगाए। अज पंजाब बंजर हुंदा जा रहा है, पानी की कमी हुंदी जा रही है, हरियाली की कमी हुंदी जा रही है, ये बहुत मंदभागी गल है। साढ़े लिए आने वाला समा बहुत ही दर्दनाक होगा, सानू घरे घरे ऑक्सीजन सिलेंडर हमेशा लिए रखने पैने हैं जे आही हालात रहे। गल करिए गोल्डी जी, जे पेड़ों की कटाई नहीं रुकती तो हुण थोड़ी पार्टी वालों अगला एक्शन की होएगा, क्योंकि हस्पताल दे तुसीं मौका देख लिया, कई दरख्त कट्टण दे आधार ते लगे हुए ने, टक लग्या होया, दूजे पासे मेरे ख्याल लगता कि काफ़ी जी मोटी लकड़ से भी कट के रख दी है, तो हुण जे लोग नहीं रुकते तो हुण थोड़ी पार्टी का अगला एक्शन की होएगा? असी अज ही SDM साहब न, SSP साहब न, DSP साहब न शिकायत दे के जावांगे, ते जे ये बढ़ते हैं फिर भी असी इन्हां दे अगे धरना देवांगे, असी ये पेड़ बिल्कुल नहीं बढ़न देने। इन्हां दे जे कोई प्रॉब्लम है सानू दसे, लोकां तक दसे। अज खरड़ दे लोग इत्थे हॉस्पिटल च आके तुसी देख सकते हैं बेंच लगे हुए सी, ये हरियाली करके वो थले बह जांदे सी, पर हुण देख लो निरी धुप्प पै रही है, ऑक्सीजन की कमी होगी, बैठन नू छां नहीं होगी। खरड़ दे लोग अज गालां कढ रहे हैं जिन्हां ने भी ये पेड़ बढ़ाए हैं, तो बड़ी शर्म की गल है, असी बाकी नहीं बढ़न देवांगे। ठीक है, बिल्कुल। तो देख सकते हो कि सन जिला प्रधान परमिंदर सिंह गोल्डी जिन्हें दसिया कि साढ़े ध्यान में यह मामला आया से, उस तो बाद हस्पताल दे पहुंचे ने, इसनों लैके SDM साहब न भी मिलने, दूजे पास इतों के SMO जोड़े डॉक्टर ने उन्होंने भी गलबात करा कि इसकी परमिशन किसने दी है, जो क्यों कट्टे जा रहे, रीजन की है। एक पास तो हर इंसान को पेड़ लगाने वास्ते प्रेरित किया जा रहा सरकार वालों, पर दूजे पास ये पुराने पेड़ जोड़े कई सालों के हरे भरे पेड़ क्यों मजबूरी बन गई है सरकार की कट्टण वास्ते? जो इस मामले बारे असी खरड़ दे SMO नाल गल की तो उन्होंने दसिया कि इस मामले बारे सिविल सर्जन मोहाली ही दस सकते ने, जो असी सिविल सर्जन मोहाली अदर्शपाल कौर नाल गल की तो उन्होंने दसिया ये मामला साढ़े ध्यान दे विच नहीं, तो जल्दी ही इस मसले की इनकुआरी करांगे। तो दूजे पासे खरड़ दे SDM हिमांशु जैन जी नाल जो असी गल करनी चाहिए तो उन्होंने किसी कारण करके साडा फोन अटेंड नहीं किया।